ਆਓ ਅੱਜ ਅਸੀਂ ਕਰਦੇ ਹਾਂ ਚੈਪਟਰ 2 ਮੈਮorable ਸਪੀਚ 14 ਅਗਸਤ 1947 ਨੂੰ ਅਧਿਕਾਰ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਲੋਕ ਸਭਾ ਦੇ ਰਾਸ਼ਟਰ ਦੇ ਵਿੱਚ ਕਿਹਾ ਸੀਗਾ ਕਿ ਬਹੁਤ ਸਮਾਂ ਪਹਿਲਾਂ ਅਸੀਂ ਆਪਣਾ ਭਾਗ ਗੁਪਤ ਪੇਨ ਕੀਤਾ ਸੀਗਾ ਤੇ ਹੁਣ ਸਾਡੇ ਸੰਕਲਪਾਂ ਨੂੰ ਪੂਰਾ ਕਰਨ ਦਾ ਟਾਈਮ ਆ ਗਿਆ ਆ ਜਦੋਂ ਵੀ ਅੱਧੀ ਰਾਤ ਦੀ ਘੰਟੀ ਵਜੇਗੀ ਸੰਸਾਰ ਸੌ ਰਿਹਾ ਹੋਵੇਗਾ ਭਾਰਤ ਸੰਤੰਤਰ ਹੋ ਕੇ ਜਾਗੇਗਾ ਤੇ ਉਹਨਾਂ ਕਹਿਆ ਕਿ ਇਹ ਸਾਡੇ ਲਈ ਤੇ ਸਾਰੇ ਸਮੁੱਚੇ ਦੇਸ਼ਵਾਸੀਆਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਘੜੀ ਆ ਜੋ ਕਿ ਨਾ ਇੱਕ ਨਵਾਂ ਸਿਤਾਰਾ ਆਗਮਨ ਹੋ ਰਿਹਾ ਆ ਕਹਿੰਦੇ ਪ੍ਰਮਾਤਮਾ ਕਰੇ ਕਿ ਇਹ ਸਿਤਾਰਾ ਕਦੇ ਵੀ ਅਸਤ ਨਾ ਹੋਵੇ ਤੇ ਸਾਡੀ ਆਸ ਦੇ ਨਾਲ ਵਿਸ਼ਵਾਸ ਘਾਤ ਨਾ ਹੋਵੇ ਭਵੇ ਕਿਸਾਨੂੰ ਇਸ਼ਾਰਾ ਕਰਕੇ ਬੁਲਾ ਰਿਹਾ ਕਿ ਅਸੀਂ ਅੱਗੇ ਵਧੀਏ ਭਾਰਤ ਦੇ ਸਧਾਰਨ ਲੋਕਾਂ ਕਿਸਾਨਾਂ ਦੇ ਕੰਮ ਆ ਅਧੂ ਸੰਤੰਤਰਤਾ ਦੇ ਮੌਕੇ ਪ੍ਰਦਾਨ ਕਰਨਾ ਗਰੀਬੀ ਅਗਿਆਨਤਾ ਤੇ ਬਿਮਾਰੀ ਦੇ ਵਿਰੁੱਧ ਸੰਗਰਾਸ਼ ਕਰਕੇ ਉਸ ਦਾ ਅੰਤ ਕਰਨਾ ਇੱਕ ਸੁਹਾਵਣ ਲੋਕਤੰਤਰੀ ਅਤੇ ਪ੍ਰਗਤੀਸ਼ੀਲ ਰਾਸ਼ਟਰ ਦਾ ਨਿਰਮਾਣ ਕਰਨਾ ਅਜਿਹੇ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਸੰਸਥਾਵਾਂ ਦੀ ਸਥਾਪਨਾ ਕਰਨਾ ਜਿਹੜੀਆਂ ਹਰੇਕ ਔਰਤ ਪੁਰਖ ਲਈ ਨਿਆਂ ਤੇ ਜੀਵਨ ਦੀ ਭਰਪੂਰਤਾ ਨਿਸ਼ਚਿਤ ਕਰਨ ਕਿਸੇ ਵੀ ਭਾਰਤੀ ਵੱਲੋਂ ਦਿੱਤੇ ਗਏ ਭਾਸ਼ਣਾ ਦੇ ਵਿੱਚੋਂ ਸਭ ਤੋਂ ਵਧੀਆ ਭਾਸ਼ਣ ਸੀ Swami Vivekananda ਜੀ ਦਾ ਇਹ ਭਾਸ਼ਣ ਉਹਨਾਂ ਨੇ 1893 ਵਿੱਚ ਦਿੱਤਾ ਸੀਗਾ ਮੌਕਾ ਸੀਗਾ ਸ਼ਿਕਾਗੋ ਵਿੱਚ ਹੋਣ ਵਾਲਾ ਵਿਸ਼ਵ ਧਰਮ ਸੰਮੇਲਨ ਉਹਨਾਂ ਨੇ ਇਸ ਭਾਸ਼ਣ ਦਾ ਆਰੰਭ ਕੀਤਾ ਸੀਗਾ ਅਮਰੀਕਾ ਦੇ ਪੈਣੋ ਤੇ ਪ੍ਰਭਾਵ ਉਹ ਅਸੀਂ ਨਾ ਸਿਰਫ ਸਰਵ ਵਿਆਪਕ ਸਹਿਣਸ਼ੀਲਤਾ ਵਿੱਚ ਵਿਸ਼ਵਾਸ ਰੱਖਦੇ ਹਾਂ ਭਲਕਿ ਸਾਰੇ ਧਰਮਾਂ ਨੂੰ ਸੱਚ ਮੰਨਦੇ ਹਾਂ ਮੈਨੂੰ ਇਸ ਦਾ ਮਾਣ ਹੈ ਮੇਰਾ ਸਬੰਧ ਅਜੇਹੇ ਰਾਸ਼ਟਰ ਨਾਲ ਹੈ ਜਿਸ ਨੇ ਭੂਮੰਡਲ ਦੇ ਸਾਰੇ ਧਰਮਾਂ ਤੇ ਰਾਸ਼ਟਰਾਂ ਦੇ ਸਤਾਏ ਹੋਏ ਲੋਕਾਂ ਤੇ ਸ਼ਰਨਾਰਥੀਆਂ ਨੂੰ ਆਸਰਾ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਸਵੇਰੇ ਇਸ ਸਾਲ ਮਿਲਨ ਦੇ ਸਮਾਣ ਵਿੱਚ ਜਿਹੜੀ ਵੀ ਘੰਟੀ ਵੱਜੇਗੀ ਧਰਮ ਅਤੇ ਵਿੱਚ ਸਾਰੀ ਤਰ੍ਹਾਂ ਦੀ ਕੱਟੜਤਾ ਤੇ ਤਲਵਾਰ ਜਾਂ ਕਲਮ ਨਾਲ ਕੀਤੇ ਜਾਣ ਵਾਲੇ ਜ਼ੁਲਮਾਂ ਲਈ ਮੌਤ ਦੀ ਘੰਟੀ ਸੱਦ ਹੋਵੇਗੀ ਸਮਾਰੋਹ ਦੇ ਆਖਰੀ ਦਿਨ ਉਹਨਾਂ ਕਹਿਆ ਸੀਗਾ ਕਿ ਇਸ ਧਰਮ ਸੰਮੇਲਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪਵਿੱਤਰਤਾ ਸ਼ੁੱਧਤਾ ਤੇ ਦਾਨਸ਼ੀਲਤਾ ਤੇ ਸੰਸਾਰ ਦੀ ਕਿਸੇ ਵੀ ਧਾਰਮਿਕ ਸੰਸਥਾ ਦਾ ਇਕਾਧਿਕਾਰ ਨਹੀਂ ਹੈ